ਦੇਸ਼ ਭਰ ਦੇ ਟਾਊਨ ਪਲੈਨਰਸ ਅੱਜ ਤੋਂ 6 ਜਨਵਰੀ 2019 ਤੱਕ ਚੰਡੀਗੜ੍ਹ ਵਿਚ ਹੋ ਰਹੀ 67ਵੀਂ ਕੌਮੀ ਟਾਊਨ ਐਂਡ ਕੰਟਰੀ ਪਲੈਨਰਸ ਕਾਂਗਰਸ ਵਿਚ ਸ਼ਿਰਕਤ ਕਰ ਰਹੇ ਨੇ, ਜਿਸ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕਾਫ਼ੀ ਉਤਸ਼ਾਹਿਤ ਨਜ਼ਰ ਆਏ। ਉਨ੍ਹਾਂ ਕਿਹਾ ਕਿ ਇਸ ਵਿਚਾਰ ਚਰਚਾ ਤੋਂ ਜੋ ਸਿੱਟਾ ਨਿਕਲੇਗਾ ਉਸ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵੀ ਤਿੱਖੇ ਨਿਸ਼ਾਨੇ ਸਾਧੇ। ਅੱਜ ਦਾ ਫੰਕਸ਼ਨ ਜਿਹੜਾ ਟਾਊਨ ਪਲੈਨਰਸ ਕਾਰੀ ਕੰਟਰੀ ਤੋਂ ਆਏ ਨੇ, ਉਹਨਾਂ ਨੇ ਇੱਥੇ ਦੋ ਦਿਨ ਦੀ ਡਿਸਕਸ਼ਨ ਹੈ। ਉਹ ਡਿਸਕਸ਼ਨ ਦੇ ਵਿੱਚ ਬਹੁਤ ਚੰਗੀਆਂ ਗੱਲਾਂ ਨਿਕਲਣਗੀਆਂ, ਪਲੈਨਿੰਗ ਬਾਰੇ ਡਿਸਕਸ਼ਨ ਹੋਏਗੀ, ਆਉਣ ਵਾਲੇ ਸਮੇਂ ਬਾਰੇ ਪਲੈਨਿੰਗ ਹੋਏਗੀ। ਸੋ ਉਹਦਾ ਅਸੀਂ ਫਾਇਦਾ ਉਠਾਵਾਂਗੇ, ਸਾਡਾ ਡਿਪਾਰਟਮੈਂਟ ਦਾ ਫਾਇਦਾ ਉਠਾਏਗਾ। ਅਤੇ ਜਿਹੜੀ ਪੰਜਾਬ ਦੀ ਅਗਰ ਡਿਵੈਲਪਮੈਂਟ ਹੋਣੀ ਆ ਅਕੋਰਡਿੰਗ ਟੂ ਪਲੈਨ ਹੋਵੇਗੀ, ਹਰ ਸ਼ਹਿਰ ਦਾ ਟਾਊਨ ਪਲੈਨ ਬਣਾਇਆ ਜਾਵੇਗਾ, ਇਹਨਾਂ ਦੀਆਂ ਡਿਸਕਸ਼ਨ 'ਚੋਂ ਫਾਇਦਾ ਉਠਾ ਕੇ ਸਾਰੇ ਕੰਮ ਕੀਤੇ ਜਾਣ। ਜਿਹੜੀ ਪਾਰਲੀਮੈਂਟ ਇਲੈਕਸ਼ਨ ਆ ਰਹੀ ਹੈ ਉਹ 'ਚ ਪਤਾ ਲੱਗ ਜਾਏਗਾ ਕੰਟਰੀ ਨਾਲ ਧੋਖਾ ਮੋਦੀ ਜੀ ਨੇ ਕੀਤਾ ਕਿ ਕਾਂਗਰਸ ਨੇ ਕੀਤਾ।